ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਾ ਆਪਣੇ ਵੱਡੇ ਵੀਰ ਡਾਕਟਰ ਪੂਰਨ ਸਿੰਘ ਨਾਲ ਗੱਲਾਂ ਕਰਦਾ ਸੀ। ਇਹ ਕਹਿੰਦੇ ਮੇਰੀ ਰਿਸਰਚ ਮੁਤਾਬਕ ਜਿਹੜਾ ਨਾਂ ਸੀ ਨਾ, ਜਦੋਂ ਉੱਥੋਂ ਜਹਾਜ਼ ਨੇ ਤੁਰਨਾ ਸੀ, ਉੱਥੇ ਅਰਦਾਸ ਕੀਤੀ ਗਈ। ਉਸ ਅਰਦਾਸ ਦੇ ਵਿੱਚ ਪਹਿਲੀ ਵਾਰੀ ਜਿਹੜਾ ਇਹ ਨਾਂ ਸੀਗਾ ਗੁਰੂ ਨਾਨਕ ਜਹਾਜ਼ ਜਿਹੜਾ ਸੀਗਾ ਯੂਜ਼ ਕੀਤਾ ਗਿਆ। ਜਦੋਂ ਅਰਦਾਸ ਜੀ ਯੂਜ਼ ਕਰ ਲਿਆ ਗਿਆ, ਫਿਰ ਇਸ ਤੋਂ ਵੱਡੀ ਸਾਡੇ ਕੋਲ ਹੋਰ ਕੋਈ ਚੀਜ਼ ਨਹੀਂ, ਅਸੀਂ ਇਹਨੂੰ ਗੁਰੂ ਨਾਨਕ ਜਹਾਜ਼ ਦੇ ਨਾਲ ਹੀ ਚੇਤੇ ਕਰਨਾ। ਹਾਂ, ਇੱਕ ਗੱਲ ਹੈਗੀ ਹੈ, ਜਦੋਂ ਜਨਰੇਸ਼ਨ ਨੂੰ ਸਿਖਾਉਣਾ, ਸਾਨੂੰ ਕਿਤੇ ਨਾ ਕਿਤੇ ਇਹ ਵਰਡ ਯੂਜ਼ ਕਰਨੇ ਪੈਣੇ ਆ, ਯੂਜ਼ ਟੂ ਬੀ ਆਲਸੋ ਨੋਨ ਐਜ਼ ਕੋਮਾ ਗਟਾ ਮਰੂ। ਠੀਕ ਹੈ ਨਾ, ਗੁਰੂ ਨਾਨਕ ਜਹਾਜ਼ ਯੂਜ਼ ਟੂ ਬੀ ਨੋਨ ਆਲਸੋ ਐਜ਼ ਕੋਮਾ ਗਟਾ ਮਾਰੂ। ਇੱਥੋਂ ਸਟਾਰਟ ਕਰੀਏ, ਕਿਸ ਦਿਨ ਕੋਮਾ ਗਟਾ ਮਾਰੂ ਮਿਟ ਜੂਗਾ, ਗੁਰੂ ਨਾਨਕ ਜਹਾਜ਼ ਰਹੂਗਾ। ਸੋ ਅਸੀਂ ਉਹਨਾਂ ਬਜ਼ੁਰਗਾਂ ਨੇ ਜਿਹੜਿਆਂ ਨੇ ਜੇਲ੍ਹਾਂ ਕੱਟੀਆਂ, ਜਿਹੜੇ ਮਰੇ ਇੱਥੇ ਆਏ, ਅਤੇ ਉਹ ਬੰਦੇ ਜਿਨ੍ਹਾਂ ਨੇ ਸਹਾਇਤਾ ਕੀਤੀ ਇੱਥੇ, ਉਹਦੇ ਵਿੱਚ ਇੱਕ ਵਕੀਲ ਦਾ ਮੈਂ ਨਾਂ ਜ਼ਰੂਰ ਮਿਸਟਰ ਬਰਡ ਦਾ ਲੈਣਾ ਚਾਹੂੰਗਾ, ਜਿਹਨੇ ਉਸ ਟਾਈਮ ਕੇਸ ਲੜਿਆ। ਅਤੇ ਉਸ ਟਾਈਮ ਸੁਣਿਆ ਵੀ 5-5 ਸੈਂਟ ਤਨਖਾਹ ਹੁੰਦੀ ਸੀਗੀ, ਅਤੇ ਆਪਣੇ ਇੱਥੇ ਰਹਿਣ ਵਾਲੇ ਜਿਹੜੇ ਬਜ਼ੁਰਗ ਸੀਗੇ, ਉਹਨਾਂ ਨੇ $5,000 ਇਕੱਠਾ ਕਰ ਦਿੱਤਾ ਸੀਗਾ ਆਪਣੇ ਬੰਦਿਆਂ ਨੂੰ ਰਹਿਣ ਵਾਸਤੇ। ਇਸੇ ਤਰੀਕੇ ਨਾਲ ਪਰਮਾਤਮਾ ਸਾਡਾ ਇਕੱਠ ਬਣਾਈ ਰੱਖੇ। ਇਸੇ ਤਰੀਕੇ ਨਾਲ ਜਿਹੜੀ ਇੱਕ ਗੱਲ ਮੈਂ ਦੁਬਾਰਾ ਰਿਪੀਟ ਕਰਨਾ ਚਾਹੁੰਦਾ, ਮਨਿੰਦਰ ਸਿੰਘ ਕਹਿ ਕੇ ਗਿਆ, ਉਹ ਹੈਗੀ ਹੈ ਸਿੱਖ ਸੋਵਰੰਟੀ ਦੀ, ਉਹ ਗੱਲ ਵੀ ਬਿਲਕੁਲ ਨਾ ਭੁੱਲਿਓ। ਮੇਰੇ ਕੋਲ ਬੋਲਦੇ ਗਲਤੀ ਹੋ ਗਈ ਹੋਵੇ, ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।